ਅਸਲਾਮ ਵਾਲੇਕਮ ਰਾਜ, ਤੁਸੀਂ ਦੇ ਰਹੇ ਹੋ ਪੰਜਾਬੀ ਚੈਨਲ। ਬਾਬਾ ਜੀ ਫਰਮਾਉਂਦੇ ਨੇ ਕਿ ਬੰਦੇ ਚੁੱਕ ਬਈ ਬੰਦੇ ਚੁੱਕ। ਹਾਂਜੀ, ਬੰਦੇ ਬੰਦਿਆਂ ਦੀ ਗੱਲ ਹੋ ਰਹੀ ਹੈ, ਕਿਸੇ ਹੋਰ ਸ਼ਾਇਦ ਗੱਲ ਨਹੀਂ ਹੋ ਰਹੀ। ਹਾਂ, ਬਾਬਾ ਜੀ ਫਰਮਾਉਂਦੇ ਨੇ ਕਿ ਅੱਜ ਕੱਲ੍ਹ ਬੰਦੇ ਬੜੇ ਚੁੱਕੇ ਜਾ ਰਹੇ ਨੇ ਨਾ। ਹਾਂ, ਜਿਹਨੂੰ ਦਿਲ ਕਰਦੇ ਨੇ ਚੁੱਕ ਲੈਂਦੇ ਨੇ, ਕਦੀ ਉਹਨੂੰ ਚੁੱਕ, ਉਹਨੂੰ ਵੀ ਚੁੱਕ, ਉਹ ਨਹੀਂ ਲੱਭਦਾ ਤੇ ਉਹਦੇ ਭਰਾ ਨੂੰ ਚੁੱਕ। ਹਾਂ, ਇਹੋ ਜਿਹੇ ਅੱਜ ਕੱਲ੍ਹ ਬਹੁਤ ਕੰਮ ਚੱਲ ਰਹੇ ਨੇ। ਭਰਾ ਨਹੀਂ ਲੱਭਦਾ ਤੇ ਚਾਚੇ ਨੂੰ ਚੁੱਕ, ਫੁੱਫੇ ਨੂੰ ਚੁੱਕ। ਹਾਂ, ਜਿਹੜਾ ਲੱਭਦਾ ਉਹਨੂੰ ਚੁੱਕ ਪ੍ਰੋਗਰਾਮ ਹੈ। ਹਾਂ, ਤਾਂ ਬਾਬਾ ਜੀ ਕਹਿੰਦੇ ਨੇ ਕਿ ਬੰਦੇ ਚੁੱਕ ਬਈ ਬੰਦੇ ਚੁੱਕ, ਖੁਦਾਰੀ ਦੇ ਫੱਟੇ ਚੁੱਕ। ਹਾਂ, ਸਾਹਿਬ ਜਾਂ ਨੇੜੇ ਆਉਣ ਨਾ ਦੇਵੇ, ਬੰਦਿਆਂ ਨੂੰ ਹੱਥ ਪਾਉਣ ਨਾ ਦੇਵੇ। ਹਾਂ, ਸਮਝ ਲੱਗ ਰਹੀ ਹੈ? ਸਾਹਿਬ ਜੇ ਨੇੜੇ ਆਉਣ ਨਾ ਦੇਵੇ, ਬੰਦਿਆਂ ਨੂੰ ਹੱਥ ਪਾਉਣ ਨਾ ਦੇਵੇ, ਲੰਬੀ ਜੀ ਤੂੰ ਲਾਲਾ ਹੁੱਕ, ਬੰਦੇ ਚੁੱਕ ਵੀ ਬੰਦੇ ਚੁੱਕ, ਖੁਦਾਰੀ ਦੇ ਫੱਟੇ ਚੁੱਕ। ਹਾਂਜੀ, ਇਹ ਜੇ ਅਗਲੀ ਗੱਲ ਮੈਂ ਕੀਤੀ ਤਾਂ ਫਿਰ ਕੰਮ ਖਰਾਬ ਹੋ ਜਾਣਾ। ਹਾਂ, ਇੱਥੇ ਤੱਕ ਰਹੋ ਕਿ ਬਸ ਬੰਦੇ ਚੁੱਕੇ ਜਾ ਰਹੇ ਨੇ, ਡਾਲੇ ਆ ਰਹੇ ਨੇ, ਡਾਲੇ ਜਾ ਰਹੇ ਨੇ। ਇਮਰਾਨ ਰਿਆਜ਼ ਖਾਨ ਨੂੰ ਵੀ ਹੱਜ 'ਤੇ ਜਾਂਦੇ ਚੱਕ ਲਿਆ ਇਹਨਾਂ ਨੇ, ਬਗੈਰਤਿਆਂ ਨੇ। ਇੰਨੀ ਵੀ ਸ਼ਰਮ ਨਹੀਂ ਕੀਤੀ ਕਿ ਯਾਰ ਉਹ ਹੱਜ 'ਤੇ ਜਾ ਰਿਹਾ, ਉਹ ਜਾਣਦੇ ਉਹ ਕਿਹੜਾ ਜਿਹੜਾ ਉਹ ਆਪਣਾ ਪਲੇਟਲੈਸ ਉਹਦੇ ਘੱਟ ਹੋ ਗਏ ਅਤੇ ਉਹ ਪਲੇਟਲੈਸ ਕਰਵਾਉਣ ਜਾ ਰਿਹਾ 50 ਰੁਪਈਏ ਦਾ ਬਾਉਂਡ ਦੇ ਕੇ ਅਦਾਲਤ ਨੂੰ। ਹਾਂ, ਉੱਤੋਂ ਐਸੀ ਇਹੋ ਜਿਹੀ ਅਦਾਲਤ ਦੇਖੋ ਕਿੱਡੇ ਵੱਡੇ ਬਗੈਰਤ ਨੇ ਯਾਰ, ਕਿੱਡੇ ਵੱਡੇ। ਬਾਬਾ ਜੀ ਫਰਮਾਉਂਦੇ ਨੇ ਕਿ ਕਿੱਡੇ ਵੱਡੇ ਉਹ ਨੇ, ਮੈਂ ਬਾਬਾ ਜੀ ਉਹ ਕੀ, ਬਾਬਾ ਜੀ ਫਰਮਾਉਂਦੇ ਉਹ ਹਰਾਮ ਦੇ ਨੇ। ਹਾਂ, ਬਾਬਾ ਜੀ ਦੇ ਵਰਡ ਹੈ ਨਾ ਹਰਾਮ ਦੇ। ਹਾਂ, ਹਰਾਮ ਦੇ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਇੰਗਲਿਸ਼ ਦੇ ਵਿੱਚ ਉਹਦਾ ਮਤਲਬ ਨਿਕਲਦਾ, ਨਹੀਂ। ਹਰਾਮ ਦੇ ਦਾ ਮਤਲਬ ਹੈ ਕਿ ਉਹ ਸ਼ਰਾਰਤੀ ਜੇ ਜਿਹੜੇ ਹੁੰਦੇ ਨੇ, ਹਾਂ, ਅਜੀਬ ਜਿਹੜੇ ਹਰਾਮ ਖਾਂਦੇ ਨੇ। ਹਾਂ, ਹਰਾਮ ਖਾਣ ਵਾਲੇ ਲੋਕ ਜਿਹੜੇ ਕਿ, ਹਾਂ ਬਿਲਕੁਲ ਹੀ ਉਹ ਬੜੇ ਵੱਡੇ ਹਰਾਮ ਦੇ ਹੁੰਦੇ ਨੇ। ਹਾਂ, ਬਾਬਾ ਜੀ ਦਾ ਮਤਲਬ ਹੈ ਕਹਿੰਦੇ, ਅਤੇ ਬਾਬਾ ਜੀ ਖਾਂਦੇ ਨੇ ਕਿੱਡੇ ਵੱਡੇ ਹੈਗੇ ਨੇ ਉਹ। ਹਾਂ, ਅਤੇ ਦੇਖੋ ਨਵਾਜ਼ ਸ਼ਰੀਫ ਗਿਆ ਬਾਹਰ। ਹਾਂਜੀ, ਅਵਲ ਤਾਂ ਇਹੋ ਜਿਹਾ ਕੋਈ ਹੋਇਆ ਹੀ ਨਹੀਂ ਸਿਸਟਮ, ਕੋਈ ਤਰੀਕ 'ਚ ਕਦੇ ਨਹੀਂ ਹੋਇਆ ਕਿ ਬੰਦਾ ਸਜ਼ਾ ਕੱਟ ਰਿਹਾ ਜੇਲ੍ਹ 'ਚ। ਹਾਂ, ਅਤੇ ਉਹਦੇ ਪਲੇਟਲੈਸ ਉੱਪਰ ਥੱਲੇ ਕਰਕੇ। ਹਾਂ, ਅਤੇ ਅਦਾਲਤ ਉਹਨੂੰ ਕਹੇ ਕਿ ਜੀ 50 ਰੁਪਈਏ ਦਾ ਸਟਾਮ ਦਿਓ ਅਤੇ ਜਾਓ। ਹਾਂ, ਭਿਖਾਰੀ ਨੇ 50 ਰੁਪਏ ਦਾ ਸਟਾਮ ਲਿਖ ਕੇ ਦਿੱਤਾ। ਹਾਂ ਜੀ, ਅਤੇ ਮੀਆਂ ਸਾਹਿਬ ਉਹ ਗਏ। ਹਾਂ, ਉਹ ਲਿਖ ਕੇ ਦੇ ਕੇ ਗਏ ਕਿ ਵੀ ਇਹ 6 ਹਫ਼ਤਿਆਂ ਦੇ ਵਿੱਚ ਵਾਪਸੀ ਗਰੰਟੀ, ਅਗਰ ਨਾ ਆਏ ਹਾਂ ਅਤੇ ਭਿਖਾਰੀ ਨੂੰ ਧੁੰਨ ਦੇਣਾ ਫੜ ਕੇ। ਹਾਂ, ਕਿੰਨੇ ਧੁੰਨੇ, ਜਿਹਨਾਂ ਨੇ ਧੁੰਨਾ ਸੀ ਭਿਖਾਰੀ ਨੂੰ। ਹਾਂ, ਉਹੀ ਸਾਰਾ ਕੁਛ ਕਰਵਾਉਣ ਵਾਲੇ ਸੀ, ਅਤੇ ਉਹ ਮੀਆਂ ਸਾਹਿਬ ਫਲੈਟ ਲੈ ਕੇ ਬਾਹਰ ਚਲੇ ਗਏ। ਹੁਣ ਉਹੀ ਅਦਾਲਤ ਇਮਰਾਨ ਰਿਆਜ਼ ਖਾਨ ਨੂੰ ਕਹਿ ਰਹੀ ਹੈ ਕਿ ਲਓ ਜੀ ਤੁਸੀਂ ਚਲੇ ਤਾਂ ਜਾਓ, ਹਾਂ, ਲੇਕਿਨ 8 ਤਰੀਕ ਨੂੰ, 8 ਜੁਲਾਈ ਨੂੰ ਵਾਪਸ ਆ ਕੇ ਹਾਜ਼ਰੀ ਲਵਾਉਣੀ ਹੈ ਤੁਸੀਂ। ਹਾਂਜੀ, ਐਜ਼ ਗਰੰਟੀਆਂ ਦੇ ਕੇ ਟੁਰ ਗਏ। ਖੈਰ ਜੀ, ਦਿੱਤੀ ਗਰੰਟੀ, ਲੇਕਿਨ ਫਿਰ ਵੀ ਨਹੀਂ ਜਾਣ ਦਿੱਤਾ। ਹਾਂ, ਦੇਖੋ ਫਿਰ ਫੜ ਲਿਆ। ਉਹ ਤੁਹਾਨੂੰ ਪਤਾ ਕਿ ਜਿਨ੍ਹਾਂ ਦੀ ਹਕੂਮਤ ਹੈ ਪੰਜਾਬ ਦੇ ਵਿੱਚ, ਇਹ 2 ਨੰਬਰ ਲੋਕ ਜਿਹੜੇ ਨੇ, ਹਾਂ, ਗੰਦੀਆਂ ਫਿਲਮਾਂ ਦਾ ਧੰਦਾ ਕਰਨ ਵਾਲੇ ਜਿਹੜੇ ਬੇਗੈਰਤ ਨੇ, ਅਸਲੀ ਔਰ ਨਸਲੀ ਬੇਗੈਰਤ ਜਿਹੜੇ ਨੇ। ਹਾਂ, ਦਿਲ ਤਾਂ ਮੇਰਾ ਕਰ ਰਿਹਾ ਕਿ ਮੈਂ ਕੋਈ ਵੱਡਾ ਜਿਹਾ ਲਫ਼ਜ਼ ਕਹਾਂ ਇਹਨਾਂ ਵਾਸਤੇ, ਲੇਕਿਨ ਚਲੋ ਖੈਰ ਹੈ, ਤੁਸੀਂ ਕਹਿ ਲਓ ਕਿ ਕੰਜਰ ਲੋਕ ਨੇ। ਹਾਂ, ਇਹਨਾਂ ਨੇ ਅਜੀਬ ਕੰਜਰ ਖਾਨਾ ਚਲਾਉਣ ਦਾ ਇਹਨਾਂ ਦਾ ਜਿਹੜਾ ਨਾ ਐਕਸਪੀਰੀਅੰਸ ਹੈ, ਇਹ ਕੋਟੇ ਕੋਟੇ ਚਲਾਉਂਦੇ ਰਹੇ ਨੇ, ਦੁੱਲੇ ਫੁੱਲਾਂ ਵਾਲੇ ਦੇ ਹਾਰਾਂ ਵਾਲੇ ਦਾ ਕੋਈ ਸਿਸਟਮ ਹੈ ਇਹੋ ਜਿਹਾ। ਹਾਂ, ਇਹੀ ਉੱਦਾਂ ਹੀ ਉਹ ਗੰਦੀਆਂ ਫਿਲਮਾਂ ਦਾ ਧੰਦਾ ਕਰਨ ਵਾਲੀ ਮਾਈ ਜਿਹੜੀ ਹੈ, ਹਾਂ, ਉਹਨੂੰ ਕੀ ਲੱਗੇ ਹੱਜ ਉਮਰਾ, ਹਾਂ, ਉਹਨੂੰ ਕੀ ਲੱਗੇ ਹਰਾਮ ਦੀ ਕਮਾਈ ਹੈ। ਹਾਂ, ਸ਼ੁਰੂ ਤੋਂ ਹਰਾਮ ਦੀ ਕਮਾਈ ਨੇ, ਅਤੇ ਉਹਨੇ ਹਰਾਮ ਖਵਾ ਖਵਾ ਕੇ ਵੱਡਾ ਕੀਤਾ, ਹਰਾਮ ਦੇ ਕੰਮ ਕੀਤੇ ਗੈਰੇਜ ਦੇ ਵਿੱਚ ਜਾ ਕੇ। ਹਾਂ, ਪਤਾ ਨਹੀਂ ਕੀ ਕਿਹੜਾ ਮਿਸਤਰੀ ਸੀ ਗੈਰੇਜ ਦੇ ਵਿੱਚ, ਜਿੰਨੇ ਚੰਗੀ ਮੇਰਾ ਮਤਲਬ ਹੈ ਕਿ ਇੰਜਨ ਖੋਲ੍ਹ ਕੇ ਗੱਡੀ ਠੀਕ ਠੁੱਕ ਕਰਾਈ ਉਹਦੇ ਕੋਲ,
ਇਹੋ ਜਿਹੀ ਗੱਲ ਹੋਈ ਨਹੀਂ ਸੁਣਿਆ ਸੀ ਕਿ ਗੱਡੀ ਗੁੱਡੀ ਖਰਾਬ ਹੋ ਗਈ। ਹਾਂ ਉਹਦੇ ਬਾਅਦ ਜਨਾਬ ਗੱਡੀ ਤਾਂ ਖਰਾਬ ਹੋਈ, 4 ਮਹੀਨੇ ਬਾਅਦ ਜਨਾਬ ਫਿਰ ਪਤਾ ਨਹੀਂ ਕੀ ਹੋਇਆ, ਗੱਡੀ ਧੂੰਆਂ ਮਾਰਨ ਲੱਗ ਗਈ। ਹਾਂ ਇਹੋ ਜਿਹੀ ਚੱਕਰ ਹੋਇਆ, ਇਹੋ ਜਿਹੇ ਲੋਕ ਜਿਹਨਾਂ ਜਿਹਨਾਂ ਦਾ ਕੁੱਲ ਕੰਮ ਜਿਹੜਾ ਹਰਾਮ ਕਰੀ ਬਗੈਰਤੀ ਫਲਾਣੀ ਇਹੋ ਜਿਹੇ ਕੁੱਤੇ ਕੰਮ ਕਰਨੇ। ਹਾਂਜੀ ਅਤੇ ਉਹਨਾਂ ਨੇ ਫਿਰ ਇਹੀ ਕਰਨਾ ਸੀ, ਉਹਨਾਂ ਨੇ ਇਮਰਾਨ ਰਿਆਜ਼ ਖਾਨ ਨੂੰ ਜਨਾਬ ਫੜ ਲਿਆ ਔਰ ਫੜ ਕੇ ਜਨਾਬ ਗ੍ਰਿਫਤਾਰ ਕਰ ਲਿਆ। ਹੁਣ ਗ੍ਰਿਫਤਾਰ ਕਰ ਲਿਆ, ਅੱਛਾ ਚਲੋ ਠੀਕ ਹੈ ਜੀ, ਇਹ ਜਿਹੜੀ ਵੀ ਤੁਸੀਂ ਗੰਦ ਮਾਰਿਆ ਝੂਠਾ ਪਰਚਾ ਦੇ ਕੇ ਉਹਨੂੰ ਗ੍ਰਿਫਤਾਰ ਕਰਾ ਲਿਆ, ਹੁਣ ਚਲਾ ਗਿਆ ਜੀ ਅਦਾਲਤ ਦੇ ਵਿੱਚ। ਅਦਾਲਤ ਵਿੱਚ ਕੀ ਹੋਣਾ ਚਾਹੀਦਾ ਸੀ, ਜੱਜ ਸਾਹਿਬ ਬੈਠੇ ਹੁੰਦੇ ਕਿ ਯਾਰ ਜਿਹੜਾ ਗਵਾਹ ਉਹਦੀ ਵੀਡੀਓ ਆ ਗਈ ਹੈ, ਉਹ ਕਹਿੰਦਾ ਜੀ ਜਾਲੀ 2 ਨੰਬਰ ਮੁਕੱਦਮਾ ਪਾਇਆ ਇਮਰਾਨ ਖਾਨ ਇਮਰਾਨ ਰਿਆਜ਼ ਦੇ ਵਿੱਚ, ਇਹਦਾ ਕੋਈ ਚੱਕਰ ਹੀ ਕੋਈ ਨਹੀਂ ਹੈਗਾ। ਹਾਂਜੀ ਅਤੇ ਮਤਲਬ ਸਾਰਾ ਕੁਝ ਸਾਹਮਣੇ ਸੀ ਅਤੇ ਇਹਦਾ ਮਤਲਬ ਸੀ ਕਿ ਖਤਮ ਮੁਕੱਦਮਾ ਫਾਰਗ ਨਹੀਂ। ਉਹਨੇ ਕਿਹਾ ਕਿ ਲਓ ਜੀ ਜੱਜ ਜਿਹੜਾ ਬੈਠਾ ਨਾ ਵੱਡਾ ਹਰਾਮ ਦਾ, ਹਾਂ ਉਹਨੇ ਕਿਹਾ ਕਿ ਲਓ ਜੀ ਆਪਣਾ 1 ਦਿਨ ਦਾ ਜਿਸਮਾਨੀ ਰਿਮਾਂਡ ਦੇ ਦਿਓ ਇਹਨਾਂ ਦਾ। ਹਾਂ ਅੰਦਾਜ਼ਾ ਕਰ ਲਓ ਤੁਸੀਂ ਕਿ ਉਹ ਐਡਾ ਵੱਡਾ ਬਗੈਰਤ ਹੈ, ਮਤਲਬ ਨਜ਼ਰ ਆ ਰਿਹਾ। ਹੁਣ ਉਹ ਸ਼ਰਮ ਵੀ ਕੋਈ ਨਹੀਂ ਰਹਿ ਗਈ, ਪਹਿਲਾਂ ਹੁੰਦਾ ਸੀ ਨਾ ਕੋਈ ਸ਼ਰਮ, ਕੋਈ ਝਾਕਾ, ਕੋਈ ਬੰਦਾ 4 ਗੱਲਾਂ ਕਰਕੇ ਕੋਈ ਇੱਧਰ ਉੱਧਰ ਦੀ ਮਾਰ ਕੇ, ਨਹੀਂ ਹੁਣ ਉਹਨਾਂ ਨੂੰ ਵੀ ਪਤਾ, ਜੱਜਾਂ ਨੂੰ ਵੀ ਪਤਾ ਕਿ ਨੰਗੇ ਹੋ ਕੇ ਬੈਠੇ ਨੇ ਬਗੈਰਤ। ਹਾਂ ਕਿਸੇ ਦੀ ਕੋਈ ਵੀਡੀਓ ਪਈ ਹੈ, ਕਿਸੇ ਨੇ ਪੈਸੇ ਫੜੇ ਨੇ, ਇਹੋ ਹੀ ਸਿਸਟਮ ਹੈ। ਹੋਰ ਤਾਂ ਚੌਥੀ ਪੰਜਵੀਂ ਚੀਜ਼ ਤਾਂ ਹੋ ਕੋਈ ਨਹੀਂ ਸਕਦੀ। ਉਹ ਵਿਚਾਰੇ ਦਾ ਹਰਾਮ ਵੀ ਲੁਆਇਆ ਅਤੇ ਹਰਾਮ ਲੁਆ ਕੇ ਦੇਖੋ, ਮੈਂ ਕਹਿੰਦਾ ਕਿ ਲੱਖ ਦੀ ਲਾਹਣ ਤੇ ਪੁਲਿਸ ਵਾਲਿਆਂ ਦੇ ਜਿਨ੍ਹਾਂ ਨੇ ਸਾਰਾ ਕੰਮ ਕੀਤਾ, ਜਿਹਨਾਂ ਨਾਲ ਚਾਹੇ ਤੁਹਾਨੂੰ ਪ੍ਰੈਸ਼ਰ ਹੀ ਸੀ, ਉਹ ਤੁਸੀਂ ਜਨਮ ਖਰੀਦ ਲਈ ਤੁਸੀਂ ਆਹ ਕਰਕੇ ਬਗੈਰ ਤੋਂ, ਉਹ ਦੂਜੇ ਤਾਂ ਹੈ ਹੀ ਜਨਮੀ। ਹਾਂ ਬਗੈਰ ਜਿਨ੍ਹਾਂ ਨੇ ਸਾਰੇ ਔਰਡਰ ਦਿੱਤੇ, ਚਾਹੇ ਇਹਦੇ 'ਚ ਹੈਂਡਲਰ ਵੀ ਨੇ, ਚਾਹੇ ਇਹਨਾਂ ਦੇ ਜਿੰਨੇ ਵੀ ਨੂਨ ਲੀਗ ਵਾਲੇ ਇਹਨਾਂ ਦੀ ਮਾਈ ਹੈ, ਚਾਹੇ ਨਵਾਜ਼ ਸ਼ਰੀਫ ਹੈ, ਚਾਹੇ ਜੋ ਵੀ ਹੈ, ਇਹ ਸਾਰੇ ਦੇ ਸਾਰੇ ਆ ਬਿਲਕੁਲ ਫਾਰਗ ਨੇ। ਹਾਂ ਇਹਨਾਂ ਨੂੰ ਕਹਿ ਨਹੀਂ ਸਕਦੇ, ਲੇਕਿਨ ਇਹੋ ਜਿਹੇ ਬੰਦੇ ਉੱਤੇ ਬਿਠਾਏ ਨੇ। ਖੈਰ ਜੀ ਚਲੋ ਇਹ ਸਾਰਾ ਸਿਸਟਮ ਹੋ ਗਿਆ, ਹੁਣ ਅੱਲਾ ਮਾਲਕ ਹੈ, ਅੱਲਾ ਇਹਨਾਂ ਨੂੰ ਨਿਬੜ ਲਏਗਾ ਕਿਉਂਕਿ ਇਹਨਾਂ ਨੇ ਜੰਗ ਅੱਲਾ ਨਾਲ ਛੇੜ ਦਿੱਤੀ ਹੈ। ਹਾਂ ਅਤੇ ਫਿਰ ਹੁਣ ਦੇਖਣਾ ਕਿੰਨਾ ਬੁਰਾ ਹਾਲ ਹੁੰਦਾ, ਜੇ ਪਹਿਲੇ ਨਹੀਂ ਇਹਨਾਂ ਦਾ ਖਤਮ ਹੋ ਰਿਹਾ ਕਿ ਜਿੰਨੇ ਜ਼ਲੀਲ ਹੈ ਹੋ ਰਹੇ ਨੇ ਇੱਥੇ ਦੁਨੀਆਂ ਦੇ ਵਿੱਚ, ਅਤੇ ਆਖਰ ਦੇ ਵਿੱਚ ਇਸ ਤੋਂ ਜ਼ਿਆਦਾ ਜ਼ਲੀਲ ਹੋਣਗੇ, ਬਲਕਿ ਦੁਨੀਆਂ 'ਚ ਵੀ ਹੋਰ ਜ਼ਲੀਲ ਹੋਣਗੇ ਇਨਸ਼ਾਅੱਲਾ, ਤੁਸੀਂ ਦੇਖਦੇ ਜਾਓ। ਅਤੇ ਅੱਗੇ ਜਨਾਬ ਬਜਟ ਆ ਗਿਆ, ਹਾਂਜੀ ਅਤੇ ਬਜਟ ਦੇ ਵਿੱਚ ਉਹ ਹਿਸਾਬ ਹੋਇਆ, ਬਾਬਾ ਜੀ ਫਰਮਾਉਂਦੇ ਨੇ, ਕਿਉਂਕਿ ਮੈਂ ਬਾਬਾ ਜੀ ਮੈਨੂੰ ਤਾਂ ਇੰਨਾ ਪਤਾ ਨਹੀਂ ਬਜਟ ਦਾ ਕੀ ਹੈ, ਮੈਂ ਕਿਹਾ ਬਾਬਾ ਜੀ ਬਜਟ 'ਚ ਕੀ ਹੋਇਆ, ਬਾਬਾ ਜੀ ਫਰਮਾਉਂਦੇ ਕੁਛ ਵੀ ਨਹੀਂ ਹੋਣਾ ਕੀ ਹੈ। ਉਹੀ ਇਹਨਾਂ ਨੇ ਕਿਹਾ ਕਿ ਚੀਚੋ ਚੀਚ ਗੰਢੇਰੀਆਂ, 2 ਤੇਰੀਆਂ 2 ਮੇਰੀਆਂ, ਆਪਾਂ ਜੀ ਮੰਡ ਮੁੰਡ ਲਿਆ ਇਹਨਾਂ ਦੇ ਕੰਮ। ਹਾਂ ਬਾਕੀ ਬਿੱਲ ਬੁੱਲ ਜਿਹੜੀ ਹੈ ਟੈਕਸ ਟੁਕਸ ਜਿਹੜੇ ਨੇ ਉਹ ਆਵਾਮ ਉਤਾਰੇਗੀ, ਤਾਂ ਲੋਟੇ ਲਿਫਾਫੇ ਜਿਹੜੇ ਨੇ ਵੱਡੇ ਵੱਡੇ, ਹਾਂਜੀ ਜਿਹਦੇ ਬਾਰੇ ਕਹਿੰਦਾ ਕਿਹਾ ਜਾਂਦਾ ਵੇ ਕਿ ਚੂਸ ਕੇ ਲਵ ਆਜ਼ਾਦ ਹੈ ਤੇਰੇ, ਉਹ ਚੁਪਣ ਡੇ ਨੇ। ਹਾਂ ਮੈਂ ਕਿਹਾ ਬਾਬਾ ਜੀ, ਬਾਬਾ ਸਮਝਦੇ ਗੰਨੇ, ਹਾਂ ਇਹਨਾਂ ਦੇ ਹਕੂਮਤੀ ਗੰਨੇ, ਹਾਂ ਉਹ ਲੱਗੇ ਨੇ ਜਨਾਬ ਵਾਹ ਵਾਹ ਕਰਨ ਕਿ ਬੱਲੇ ਵੀ ਬੱਲੇ, ਬੜਾ ਬਜਟ ਆ ਗਿਆ ਜੀ, ਬੜਾ ਕਮਾਲ ਕਰਤਾ ਜੀ, ਬੜਾ ਰਿਲੀਫ ਮਿਲ ਗਿਆ ਆਵਾਮ ਨੂੰ, ਖੇਸ ਵਾਸਤੇ ਮਿੱਟੀ ਨੂੰ ਰਿਲੀਫ ਮਿਲਿਆ। ਹਾਂ ਕੁਝ ਵੀ ਨਹੀਂ, ਮਹਿੰਗਾਈ ਕਰਕੇ ਰੱਖ ਛੱਡੀ ਹੈ ਹਜੇ, ਬਾਬਾ ਜੀ ਕਹਿੰਦੇ ਨੇ ਕਿ ਠਹਿਰ ਜਾਓ ਜ਼ਰਾ, ਹਾਂ 2 ਹਫ਼ਤੇ, ਇਹਦੇ ਬਾਅਦ ਮਿਨੀ ਜਿਹੜੇ ਛੋਟੇ ਛੋਟੇ ਬਿੱਲ ਆਉਣੇ ਨੇ ਨਾ ਉਹ ਹਜੇ ਪਾਉਣੇ ਨੇ ਇਹਨਾਂ ਦੇ ਵਿੱਚ, ਇਹ ਕਾਰਵਾਈਆਂ ਇੰਝ ਹੀ ਕਰ ਦਿੰਦੇ ਆ। ਹਾਂ ਲੋਟੇ ਲਿਫਾਫੇ ਖੁਸ਼ ਹੋ ਰਹੇ ਨੇ ਨਾ ਜਿਹੜੇ, ਹਾਂ ਕਿਉਂਕਿ ਇਹਨਾਂ ਦੇ ਘਰ ਦਾ ਚੁੱਲ੍ਹਾ ਜਲਦਾ, ਹਾਂ ਗਰੀਬ ਦੇ ਘਰ ਦਾ ਚੁੱਲ੍ਹਾ ਨਹੀਂ ਜਲਦਾ, ਹੁਣ ਗਰੀਬ ਹੋਣੇ ਨੇ ਸੜਕਾਂ ਦੇ ਵਿੱਚ, ਹਾਂ ਅਤੇ ਜਾਂ ਸੜਕਾਂ 'ਤੇ ਹੋਣੇ ਨੇ ਜਾਂ ਝੂਲੇ ਹੋਣੇ ਨੇ, ਹਾਂ ਕਿਉਂਕਿ ਬੁਜ਼ਦਿਲ ਵੀ ਬੜੇ ਨੇ ਨਾ, ਹਾਂ ਇਹਤਜਾਜ ਕਰਦੇ ਨੇ ਡਰਦੇ ਨੇ, ਉਹ ਕਹਿੰਦੇ ਯਾਰ ਕਿੱਥੇ ਬਾਹਰ ਜਾਈਏ, ਡੰਡੇ ਖਾਈਏ, ਇਹਤਜਾਜ ਕਰੀਏ, ਹਾਂ ਚੰਗਾ ਭਰਾ ਪੱਖਾ ਚੱਲ ਰਿਹਾ, ਹਾਂ ਜਿਹਦੇ ਕਿਤੇ ਬਿਜਲੀ ਆ ਰਹੀ ਹੋਵੇ, ਹਾਂ ਉਹਨੇ ਬੰਦ ਕੀਤਾ ਰੱਸਾ ਪਾਇਆ ਅਤੇ ਉਹ ਪਿਆ ਜਾਂਦਾ, ਹਾਂਜੀ ਪੀਂਗ ਬਣਾ ਕੇ ਝੂਠੀ, ਹਾਂ ਪੀਂਗਾਂ ਭੂੰਗਾਂ ਝੂਟ ਜਾਣਗੇ, ਹਾਂ ਗਰੀਬ ਦਾ ਕੰਮ। ਹਾਂ ਲੇਕਿਨ ਇਹ ਕਿ ਬਾਬਾ ਜੀ ਹੁਣ ਦੇਖ ਕੇ ਅਗਰ ਇਹਨਾਂ ਦੀ ਗੱਲ ਜਾਗ ਗਈ, ਹਾਂ ਮੈਂ ਕਿਹਾ ਬਾਬਾ ਜੀ ਤੁਹਾਡਾ ਕੀ ਮਤਲਬ ਕਿ ਬਗੈਰਤ ਨੇ, ਬਾਬਾ ਜੀ ਹੁੰਦੇ ਨਹੀਂ ਮੇਰਾ ਮਤਲਬ ਸੁੱਤੇ ਨਾ, ਗੈਰਤ ਸੁੱਤੀ ਹੈ, ਜਿੱਦਣ ਜਾਗ ਗਈ
ਹਾਂ ਬਾਬਾ ਜੀ ਮੈਂ ਤਾਂ ਉਸ ਦਿਨ ਸਾਰੇ ਦਗੜ ਦਲੇ ਜਿਹੜੇ ਨੇ ਸਭ ਫਰਾਰ ਹੋ ਜਾਣਗੇ। ਹਾਂ ਮੈਂ ਕਿਹਾ ਬਾਬਾ ਜੀ ਫਰਾਰ ਹੋ ਜਾਣਗੇ ਅਤੇ ਵਾਪਸ ਆ ਜਾਣਗੇ। ਬਾਬਾ ਜੀ ਕਹਿੰਦੇ ਨਹੀਂ, ਜਿਸ ਦਿਨ ਕੌਮ ਜਾਗੀ ਨਾ ਇਹ ਆਪ ਇਹਨਾਂ ਨੂੰ ਫਰਾਰ ਕਰਾਏਗੀ, ਫਿਰ ਕਿਤੇ ਹੋਰ ਫਰਾਰ ਕਰਾਏਗੀ ਇਹਨਾਂ ਨੂੰ ਜੰਗਲ ਵਾਲੇ ਪਾਸੇ। ਹਾਂ ਜੀ ਉੱਥੇ ਜਾ ਕੇ ਸਾਹਿਬ ਲੈਣ। ਮੈਂ ਕਿਹਾ ਬਾਬਾ ਜੀ ਕੋਈ ਗੱਲ ਦੱਸੋ, ਡਿਪਟੀ ਨੂੰ ਕੀ ਲੱਭਿਆ ਅਤੇ ਡੱਡੂ ਨੂੰ ਕੀ ਲੱਭਿਆ? ਬਾਬਾ ਜੀ ਕਹਿੰਦੇ ਡਿਪਟੀ ਵਾਸਤੇ ਉਹਨਾਂ ਨੇ ਨਵੇਂ ਡਾਲੇ ਆਰਡਰ ਕਰ ਦਿੱਤੇ ਨੇ। ਬੰਦੇ ਬੰਦੇ ਬਹੁਤ ਚੁੱਕੀ ਜਾਂਦੇ ਨੇ, ਡਾਲਿਆਂ ਦੀ ਥੋੜ੍ਹ ਸੀ। ਹਾਂ ਉਹ ਕਹਿੰਦੇ ਡਾਲੇ ਹੋਰ ਆਰਡਰ ਕਰ ਦਿਓ, ਡਾਲੇ ਆ ਰਹੇ ਨੇ। ਹਾਂਜੀ ਤਿਆਰੀ ਕਰ ਲਓ। ਹਾਂ ਉਹਨਾਂ ਜਿਹੜੇ ਰਹਿ ਗਏ ਨੇ ਉਹ ਵੀ ਚੱਕਣੇ ਸ਼ੁਰੂ ਕਰ ਦਿੰਦੇ ਨੇ। ਅਤੇ ਮੈਂ ਕਿਹਾ ਬਾਬਾ ਜੀ ਡੱਡੂ ਵਾਸਤੇ ਕੀ ਮੰਗਾਇਆ? ਬਾਬੇ ਕਹਿੰਦੇ ਡੱਡੂ ਵਾਸਤੇ ਕੀ ਮੰਗਾਉਣਾ ਉਹਨਾਂ ਨੇ? ਹਾਂ ਡਿਪਟੀ ਦੇ ਡਾਲੇ ਆ ਗਏ, ਹਾਂ ਡੱਡੂ ਮੁਫਤ 'ਚ ਝੂਟੇਗਾ ਡਾਲੇ, ਹੋਰ ਕੀ ਡੱਡੂ ਨੂੰ ਦੇਣਾ? ਮੈਂ ਕਿਹਾ ਨਹੀਂ ਬਾਬਾ ਜੀ ਇਹ ਤਾਂ ਜ਼ਿਆਦਾ ਕੋਈ ਖਾਸ ਹੋਣਾ ਚਾਹੀਦਾ ਡੱਡੂ ਵਾਸਤੇ। ਬਾਬਾ ਜੀ ਹਾਂਦੇ ਡੱਡੂ ਵਾਸਤੇ ਗਿਫਟ ਫਿਰ ਮੈਂ ਹੀ ਹਾਂ, ਮੈਨੂੰ ਪੈਕ ਪੂਕ ਕਰਕੇ ਡੱਡੂ ਨੂੰ ਦੇ ਦਿਓ ਜਾਂ ਡੱਡੂ ਨੂੰ ਮੈਨੂੰ ਦੇ ਦਿਓ, ਇੱਕੋ ਹੀ ਗੱਲ ਹੈ। ਮੈਂ ਕਿਹਾ ਬਾਬਾ ਜੀ ਮਤਲਬ ਖਰਬੂਜ਼ਾ ਛੁਰੀ 'ਚ ਵਜੇ ਜਾਂ ਛੁਰੀ ਖਰਬੂਜ਼ੇ ਦੇ ਵਿੱਚ? ਬਾਬਾ ਜੀ ਕਹਿੰਦੇ ਹਾਂ ਹੁਣ ਲੱਗੀ ਤੈਨੂੰ ਸਮਝ, ਲੱਗੀ ਸਮਝ।